ਸਕੈਂਡ ਦੇ ਵਿੱਚ ਰਹਿੰਦੇ ਸਟੂਡੈਂਟਸ ਨੇ ਕੁਛ ਇਹੋ ਜਿਹੀਆਂ ਗਲਤੀਆਂ ਕੀਤੀਆਂ ਜਿਸ ਦੀ ਵਜ੍ਹਾ ਦੇ ਨਾਲ ਉਹਨਾਂ ਨੂੰ ਬਹੁਤ ਵੱਡਾ ਸਾਹਮਣਾ ਕਰਨਾ ਪੈ ਰਿਹਾ ਰਾਈਟ ਨਾਓ, ਅਤੇ ਉਹਨਾਂ ਨੂੰ PR ਲੈਣ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪਊਗਾ, ਸ਼ਾਇਦ ਹੀ ਉਹਨਾਂ ਨੂੰ PR ਮਿਲੇ। ਸਵਾਗਤ ਕਰਦੇ ਹਾਂ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਜੇਕਰ ਤੁਸੀਂ ਕੈਨੇਡਾ ਦੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਐਵਰੀ ਟਾਈਪ ਦੀ, ਜਾਂ ਫਿਰ ਇੰਡੀਆ ਦੇ ਵਿੱਚ ਬੈਠ ਕੇ ਕੋਈ ਵਧੀਆ ਕੰਮ ਜਾਂ ਬਿਜ਼ਨਸ ਚਲਾ ਕੇ ਵਧੀਆ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਸਕਦੇ ਹੋ, ਕਿਉਂਕਿ ਅਸੀਂ ਬਿਲਕੁਲ ਫ੍ਰੀ ਆਫ ਕੋਸਟ ਹਰ ਟਾਈਪ ਦੀ ਇਨਫੋਰਮੇਸ਼ਨ ਦਿੰਦੇ ਹਾਂ, ਅਤੇ ਉਸ ਵਾਹਿਗੁਰੂ ਤੋਂ ਡਰ ਕੇ ਦਿੰਦੇ ਹਾਂ। ਫੇਕ ਵਿਊ ਲੈਣ ਲਈ ਆਪਾਂ ਕੁਝ ਵੀ ਨਹੀਂ ਪਾਉਂਦੇ। ਜਿੰਨਾ ਸਟੂਡੈਂਟਸ ਭੈਣ ਭਰਾਵਾਂ ਦੀ ਇਹ ਸੋਚ ਆ ਕਿ ਵਿਊ ਲੈਣ ਲਈ ਕਰਦੇ, ਤਾਂ ਵਿਊ ਲੈਣ ਲਈ ਹੋਰ ਬਹੁਤ ਕੰਟੈਂਟ ਹੈਗਾ। ਤੁਹਾਨੂੰ ਸਭ ਨੂੰ ਪਤਾ ਹੈ ਕਿ ਕਿੰਨਾ ਕੰਟੈਂਟ ਹੈ ਤਾਂ ਲੋਕ ਜ਼ਿਆਦਾ ਕਲਿੱਕ ਕਰਦੇ ਆ। ਰੀਸੈਂਟਲੀ 950 ਸਟੂਡੈਂਟਸ ਨੂੰ ਗ੍ਰਿਫਤਾਰ ਕੀਤਾ ਗਿਆ ਵਰਕ ਆਵਰ ਨੂੰ ਲੈ ਕੇ, ਮਤਲਬ ਉਹ ਸਟੂਡੈਂਟ ਵੀਜ਼ੇ ਉੱਤੇ ਕੰਮ ਕਰਦੇ ਪਏ ਆ, ਸਟੂਡੈਂਟ ਵੀਜ਼ੇ ਉੱਤੇ ਕੈਨੇਡਾ ਦੇ ਵਿੱਚ ਐਂਟਰੀ ਕੀਤੀ ਆ। ਅਤੇ 950 ਸਟੂਡੈਂਟਸ ਨੂੰ ਹੀ ਗ੍ਰਿਫਤਾਰ ਕਿਉਂ ਕੀਤਾ ਗਿਆ, ਸਭ ਤੋਂ ਵੱਡਾ ਸਵਾਲ ਇਹ ਹੈ। ਸਭ ਤੋਂ ਵੱਡਾ ਇਹ ਰੀਜ਼ਨ ਆ ਕਿ ਉਹ ਹੋਰ ਪੈਸਾ ਕਮਾਉਣ ਲਈ ਆਪਣਾ ਜ਼ਿਆਦਾ ਕੰਮ ਕਰਦੇ ਸੀ। ਉਹਨਾਂ ਨੇ ਆਪ ਖੁਦ ਜਿਹੜੀ ਉੱਥੋਂ ਦੀ ਬਾਰਡਰ ਸਿਕਿਉਰਿਟੀ ਆ, ਉਹਨਾਂ ਨੇ ਇਹ ਆਲ ਓਵਰ ਡਿਟੇਲ ਜੋ ਆਲ ਓਵਰ ਨਿਊਜ਼ ਆ ਇਹ ਸ਼ੇਅਰ ਕੀਤੀ ਆ। ਉਹਨਾਂ ਨੇ ਕਿਹਾ ਕਿ 187 ਲੋਕੇਸ਼ਨ ਦੇ ਉੱਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ BC ਦੇ ਵਿੱਚ ਅਸੀਂ ਰੇਡ ਮਾਰੀ ਹੈ। ਰੇਡ ਮਾਰਨ ਤੋਂ ਬਾਅਦ ਸਾਨੂੰ ਕਾਫੀ ਚੀਜ਼ਾਂ ਪਤਾ ਲੱਗੀਆਂ, ਜਿਸ ਦੇ ਵਿੱਚ ਜਿੱਥੇ 20 ਤੋਂ 24 ਘੰਟੇ ਕੰਮ ਕਰਨਾ ਹੈ ਉੱਥੇ ਉਹ ਸਟੂਡੈਂਟ 30-30 ਘੰਟੇ ਕੰਮ ਕਰਦੇ ਆ, 35-35 ਘੰਟੇ ਕੰਮ ਕਰਦੇ ਆ, ਜਿਸ ਦੀ ਵਜ੍ਹਾ ਨਾਲ ਉਹਨਾਂ ਸਾਰਿਆਂ ਨੂੰ ਅਰੈਸਟ ਕੀਤਾ ਗਿਆ। ਪਰ ਥੋੜ੍ਹੀ ਜਿਹੀ ਗੁੱਡ ਨਿਊਜ਼ ਇਹ ਹੈ ਕਿ ਉਹਨਾਂ ਨੂੰ ਡਿਪੋਰਟ ਨਹੀਂ ਕੀਤਾ ਜਾਊਗਾ, ਪਰ ਬੈਡ ਨਿਊਜ਼ ਉਹਨਾਂ ਸਾਰਿਆਂ ਲਈ ਇਹ ਆ ਕਿ ਉਹਨਾਂ ਨੂੰ PR ਲੈਣ ਦੇ ਵਿੱਚ ਬਹੁਤ ਜ਼ਿਆਦਾ ਹੁਣ ਮੁਸ਼ਕਲ ਆਵੇਗੀ। PR ਲੈਣ ਲਈ ਹੀ ਹਰ ਇੱਕ ਇਨਸਾਨ ਕੈਨੇਡਾ ਦੇ ਵਿੱਚ ਜਾਂਦਾ ਹੈ, ਜੇਕਰ ਉਹਨਾਂ ਨੂੰ PR ਹੀ ਨਾ ਮਿਲੀ ਤਾਂ ਕੈਨੇਡਾ ਦੇ ਵਿੱਚ ਰਹਿਣ ਦਾ ਫਾਇਦਾ ਨਹੀਂ ਹੈ। ਮਤਲਬ ਕਿ 20% ਉਹਨਾਂ ਨੂੰ PR ਮਿਲ ਸਕਦੀ ਹੈ, 80% ਉਹਨਾਂ ਨੂੰ PR ਨਹੀਂ ਮਿਲ ਸਕਦੀ। ਅਸਲੀ ਆਪਾਂ ਨਹੀਂ ਕਹਿੰਦੇ ਕਿ ਤੁਸੀਂ ਕੰਮ ਨਾ ਕਰੋ, ਪਰ ਤੁਸੀਂ ਵੀ ਸੇਫ ਰਹਿ ਕੇ ਕੰਮ ਕਰੋ ਯਾਰ, ਜਿੰਨਾ ਹੋ ਸਕਦਾ ਓਨਾ ਹੀ ਸੇਫ ਰਹੋਗੇ, ਤੁਹਾਡਾ ਹੀ ਫਾਇਦਾ ਹੈ। ਕਿਉਂਕਿ ਹੁਣ ਕੈਨੇਡਾ ਸਰਕਾਰ ਹਰੇਕ ਦੇ, ਚਾਹੇ ਉਹ ਗੋਰਾ ਹੈ, ਚਾਹੇ ਉਹ ਇੰਡੀਅਨ ਆ, ਚਾਹੇ ਉਹ ਪਾਕਿਸਤਾਨੀ ਹੈ, ਚਾਹੇ ਉਹ ਚਾਈਨੀਜ਼ ਆ, ਸਾਰਿਆਂ ਦੇ ਪਿੱਛੇ ਹੱਥ ਧੋ ਕੇ ਪਈ ਹੋਈ ਆ। ਹੋਰ ਜਾਣਕਾਰੀ ਲਈ, ਅਲਰਟ ਰਹਿਣ ਲਈ, ਐਵਰੀ ਅਪਡੇਟ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ, ਅਤੇ ਵੀਡੀਓ ਨੂੰ ਲਾਈਕ ਕਰਕੇ ਸਾਡਾ ਮੋਹ ਪਿਆਰ ਵਧਾ ਸਕਦੇ ਹੋ।